ਸਤਿ ਸ਼੍ਰੀ ਅਕਾਲ ਪੰਜਾਬੀਓ। ਅੱਜ ਮੈਂ ਗੱਲ ਕਰੂੰਗਾ ਵੀ ਇਨਫਲੂਐਂਸਰ ਬਾਰੇ, ਕ੍ਰਿਕਟਰ ਅਤੇ ਆਪਣੇ ਆਪ ਨੂੰ ਸੁਪਰ ਸਟਾਰ ਕਹਿਣ ਵਾਲੇ ਐਕਟਰ, ਅਤੇ ਇਹ ਸਭ ਜਿਹੜਾ ਆਉਣ ਵਾਲਾ ਯੂਥ ਆ ਅਤੇ ਜਿਹੜਾ ਹੁਣ ਚੱਲ ਰਿਹਾ ਯੂਥ ਆ, ਇਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਆ ਜੂਏ 'ਚ ਫਸਾ ਕੇ। ਅਤੇ ਇਸ ਚੀਜ਼ ਦਾ ਨਾ ਇੱਕ ਲਾਈਵ ਐਗਜ਼ਾਮਪਲ ਸਾਨੂੰ ਦੇਖਣ ਨੂੰ ਮਿਲਿਆ ਆ, ਆ ਵੀਡੀਓ ਐਡ ਕਰਦੇ ਆ, ਤੁਸੀਂ ਵੀਡੀਓ ਦੇਖੋ। ਆਨਲਾਈਨ ਗੇਮਿੰਗ ਜੋ ਹੈ ਸਰ, ਜੋ ਟੀਵੀ ਪੇ ਐਡ ਆਤਾ ਹੈ, ਜੋ ਪੈਸੇ ਕਮਾਨੇ ਕਾ, ਜੋ ਆਜ ਆਪ ਟੀਮ ਲਗਾਈਏ ਔਰ ਕਰੋੜ ਰੁਪਏ ਕਮਾਈਏ, ਇਸਮੇ ਸੇ ਬਹੁਤ ਲੋਕ ਗੇਮਿੰਗ। ਇਹ ਨਾ ਰਿਪੋਰਟਰ ਹੈ ਨਿਊਜ਼ 18 ਦੇ, ਜਰਨਲਿਸਟ ਆ, ਅਤੇ ਇਹ ਬੰਦੇ ਨਾਲ ਗੱਲ ਕਰਦੇ ਆ, ਅਤੇ ਸੁਣੋ ਤੁਸੀਂ ਪੂਰਾ ਸੁਣੋ, ਕਹਿੰਦੇ ਕੀ ਆ, ਗੱਲਬਾਤ ਕੀ ਚੱਲ ਰਹੀ ਹੈ ਉਹਨਾਂ ਦੀ, ਅਤੇ ਮੁੰਡਾ ਦੇਖੋ ਕੀ ਕਹਿ ਰਿਹਾ। ਖੇਲਾ ਕਿਆ ਹੈ? ਯੈਸ ਸਰ। ਕਿਤਨੇ ਪੈਸੇ ਗਵਾਏ? ਅਭੀ ਮੇਰੇ ਉੱਪਰ 96 ਲੱਖ ਰੁਪਏ ਦਾ ਕਰਜ਼ ਹੈ। ਕਿਤਨੇ? 96 ਲੱਖ। 96 ਲੱਖ ਰੁਪਏ ਕਾ ਕਰਜ਼ ਹੈ। ਤੇ ਦੋਸਤੋ, ਇਹ ਬੰਦਾ ਨਾ ਆਪਣਾ ਜੇਈ ਮੇਨਸ ਕਲੀਅਰ ਕਰ ਗਿਆ ਸੀਗਾ, ਪਰ ਇਹ ਆਪਣੀ ਬੀਟੈਕ ਦੀ ਫੀਸ ਨਹੀਂ ਦੇ ਸਕਿਆ। ਕਿਉਂ ਨਹੀਂ ਦੇ ਸਕਿਆ? ਕਿਉਂਕਿ ਇਹਨੇ, ਇਹਦੇ ਕੋਲ ਜਿੰਨੇ ਪੈਸੇ ਸੀਗੇ, ਇਹਨੇ ਸਾਰਾ ਪੈਸਾ ਆਪਣਾ ਬਰਬਾਦ ਕਰ ਲਿਆ ਜੂਏ 'ਚ, ਜਿਹੜਾ ਕਿ ਅੱਜ ਕੱਲ੍ਹ ਬੜਾ ਫੇਮਸ ਹੋਇਆ ਹੈ। ਕ੍ਰਿਕਟਰ ਇਨਫਲੂਐਂਸਰ ਸ਼ੋਅ ਕਰਦੇ ਆ ਵੀ ਇੱਦਾਂ ਪੈਸੇ ਕਮਾਓ, ਕਰੋੜਪਤੀ ਬਣੋਗੇ। ਅਤੇ ਜਿਹੜੇ ਇਹ ਸੈਲੀਬ੍ਰਿਟੀ ਇਨਫਲੂਐਂਸਰ ਆ, ਇਹ ਕੀ ਕਹਿੰਦੇ ਆ ਵੀ ਆਪਾਂ ਕਿਸੇ ਨੂੰ ਫੋਰਸ ਥੋੜ੍ਹੀ ਕਰਦੇ ਹਾਂ, ਆਪਾਂ ਕਿਹੜਾ ਕਿਸੇ ਨੂੰ ਫੜ ਕੇ ਕਹਿ ਰਹੇ ਹਾਂ ਵੀ ਤੁਸੀਂ ਇਹ ਐਪ ਦੇ ਥਰੂ ਤੁਸੀਂ ਪੈਸੇ ਕਮਾਓ, ਜੁਆਇਨ ਕਰੋ, ਯੇ ਵੋ। 96 ਲੱਖ ਰੁਪਏ ਕਾ ਕਰਜ਼ ਹੈ ਤੁਹਾਡੇ ਉੱਪਰ? ਮਾਂ ਟੀਚਰ ਹੈ, ਮਾਂ ਬਾਤ ਨਹੀਂ ਕਰ ਰਹੀ, ਕਿਉਂ? ਘਰ ਕਾ ਕੋਈ ਔਰ ਲੋਕ? ਨਹੀਂ, ਰੋ ਮਤ, ਬਿਲਕੁਲ ਰੋਗੇ ਨਹੀਂ, ਬਿਲਕੁਲ ਨਹੀਂ ਰੋਗੇ। ਕੋਈ ਨਹੀਂ, ਕੋਈ ਨਹੀਂ, ਕੋਈ ਬਾਤ ਨਹੀਂ ਕਰਦਾ, ਅਗਰ ਹਮਕੋ ਕੁਛ ਹੋ ਵੀ ਜਾਏਗਾ ਰੋਡ ਪੇ ਨਾ, ਵੋ ਦੇਖਨੇ ਨਹੀਂ ਆਏਗਾ। ਕਹਿੰਦੇ ਵੀ ਆਪਾਂ ਫਿਲਮਾਂ ਬਣਾਉਂਦੇ ਹਾਂ, ਐਪਲੀਕੇਸ਼ਨ ਦੇ ਆਪਾਂ ਐਡਵਰਟੀਜ਼ਮੈਂਟ ਦਿੰਦੇ ਹਾਂ, ਪਰ ਕਹਿੰਦੇ ਆਪਾਂ ਕਰਦੇ ਹਾਂ ਤਾਂ ਕਰਦੇ ਹਾਂ, ਲੋਕਾਂ ਦੀ ਗਲਤੀ ਆ ਜਿਹੜੇ ਵਿਸ਼ਵਾਸ ਕਰਕੇ ਜਿਹੜੇ ਇੱਦਾਂ ਕਰਦੇ ਆ, ਫਿਰ ਇਹੋ ਜਿਹੇ ਜਵਾਬ ਆਉਂਦੇ ਇਹਨਾਂ ਦੇ। ਦੋਸਤੋ, ਸਪੋਜ਼ ਕਰੋ ਤੁਹਾਡੇ ਭੈਣ ਭਰਾ, ਤੁਹਾਡੇ ਬੱਚੇ, ਉਹਨਾਂ ਨੂੰ ਟੀਵੀ ਤੇ ਸਮੋਕਿੰਗ ਦੀ ਐਡ ਦੇਖਣ ਨੂੰ ਮਿਲੂਗੀ, ਜਿੱਥੇ ਉਹਨਾਂ ਦਾ ਫੇਵਰੇਟ ਕ੍ਰਿਕਟਰ ਆ, ਫੇਵਰੇਟ ਐਕਟਰ ਆ, ਫੇਵਰੇਟ ਇਨਫਲੂਐਂਸਰ ਆ, ਉਹ ਸਮੋਕਿੰਗ ਦੀ ਐਡ ਦੇਵੇਗਾ। ਸਾਰਾ ਕੁਛ ਦੋਸਤੋ ਐਡ ਆਉਂਦੀ ਆ, ਟੀਵੀ ਤੇ ਆਉਂਦਾ ਆ, ਸੋਸ਼ਲ ਮੀਡੀਆ ਤੇ ਆਉਂਦਾ ਆ, ਇੰਸਟਾਗ੍ਰਾਮ ਖੋਲੂਗੇ ਉਹਦੇ ਤੇ ਆਉਂਦਾ ਆ, ਤੇ ਇਹ ਸਾਰਾ ਕੁਛ ਦੇਖ ਕੇ ਹੀ ਲੋਕ ਇੰਪ੍ਰੈਸ ਹੁੰਦੇ ਆ, ਤੇ ਲੋਕ ਦੁਬਾਰਾ ਮਤਲਬ ਜੁਆਇਨ ਕਰਦੇ ਇਹ ਚੀਜ਼ ਨੂੰ, ਲੋਕ ਆਪਣਾ ਪੈਸਾ ਗਵਾਉਂਦੇ। ਦੋਸਤੋ, ਮੋਸਟਲੀ ਜ਼ਿਆਦਾਤਰ ਕੰਟਰੀਆਂ ਜਿੱਦਾਂ ਆਸਟ੍ਰੇਲੀਆ, ਸਪੇਨ, ਨੀਦਰਲੈਂਡ, ਆਪਣੇ ਯੂਰਪ ਦੀਆਂ ਹੋਰ ਕੰਟਰੀਆਂ, ਜਰਮਨੀ, ਉੱਥੇ ਇਨਫਲੂਐਂਸਰਾਂ ਨੂੰ ਮਨ੍ਹਾ ਕੀਤਾ ਗਿਆ ਆ ਵੀ ਤੁਸੀਂ ਇਹੋ ਜਿਹੀਆਂ ਜਿਹੜੀਆਂ ਐਪਲੀਕੇਸ਼ਨਸ ਆ, ਤੁਸੀਂ ਉਹਨਾਂ ਨੂੰ ਪ੍ਰਮੋਟ ਨਹੀਂ ਕਰਨਾ। ਸਾਡੇ ਦੋਸਤੋ ਇੰਡੀਆ 'ਚ ਵੀ ਐਪਲੀਕੇਸ਼ਨ ਇਹ ਚੱਲ ਰਹੀ ਆ, ਮੈਂ ਤੁਹਾਨੂੰ ਆਪਦਾ ਨਾ ਐਡ ਮਤਲਬ ਫੋਟੋ ਪਾਉਂਦਾ ਹਾਂ, ਅਤੇ ਤੁਸੀਂ ਦੇਖੋ ਵੀ ਉਹਦੇ ਵਿੱਚ ਲਿਖਿਆ ਆ ਵੀ ਤੁਸੀਂ ਇੰਨੇ ਪੈਸੇ ਲਾਓ ਅਤੇ ਕਰੋੜ, 1 ਕਰੋੜ ਜਿੱਤੂਗੇ, 2 ਕਰੋੜ ਦਾ ਫਸਟ ਪ੍ਰਾਈਜ਼ ਜਿੱਤੂਗੇ, ਇੱਦਾਂ। ਅਤੇ ਮੈਨੂੰ ਨਹੀਂ ਲੱਗਦਾ ਕੋਈ ਜਿੱਤਦਾ ਆ। ਅਤੇ ਜਿਹੜੀਆਂ ਕੰਟਰੀਆਂ ਬਾਰੇ ਮੈਂ ਦੱਸਿਆ ਆ ਵੀ ਸਪੇਨ, ਜਰਮਨ, ਨੀਦਰਲੈਂਡ, ਆਸਟ੍ਰੇਲੀਆ, ਇੱਥੇ ਟਾਈਮ ਟੂ ਟਾਈਮ ਟੀਵੀ 'ਤੇ ਵੈਰੀ ਕਰਦਾ ਆ, ਅਤੇ ਉੱਥੇ ਉਹਨਾਂ ਨੂੰ ਮਤਲਬ ਟੋਟਲੀ ਮਨ੍ਹਾ ਕੀਤਾ ਆ ਵੀ ਟੀਵੀ 'ਤੇ ਦਿਖਾਉਣੇ ਆ ਇਹ ਚੀਜ਼ਾਂ, ਬੈਨ ਆ। ਕਿਉਂਕਿ ਜੋ ਕੁਛ ਸਾਡੇ ਅਰਾਊਂਡ ਹੁੰਦਾ ਆ, ਜੋ ਕੁਛ ਅਸੀਂ ਦੇਖਦੇ ਹਾਂ, ਉਹਦੇ ਅਕੋਰਡਿੰਗ ਹੀ ਅਸੀਂ ਚੱਲਦੇ ਹਾਂ। ਅਤੇ ਦੋਸਤੋ, ਸਾਡੇ ਇੰਡੀਆ 'ਚ ਨਾ ਸਰਕਾਰ ਨੂੰ ਇਸ ਚੀਜ਼ ਦਾ ਫਰਕ ਪੈਂਦਾ ਆ, ਕਿਸੇ ਦਾ ਪੈਸਾ ਡੁੱਬ ਰਿਹਾ, ਕਿਸੇ ਦਾ ਪੈਸਾ ਲੋਸ ਹੋ ਰਿਹਾ ਆ, ਅਤੇ ਜਿਹੜੇ ਸੈਲੀਬ੍ਰਿਟੀ ਆ, ਇਨਫਲੂਐਂਸਰ ਆ, ਉਹਨਾਂ ਕੋਲੋਂ ਬਹੁਤ ਬਹਾਨੇ ਹੁੰਦੇ ਆ ਜੇ ਉਹਨਾਂ ਨਾਲ ਕੋਈ ਗੱਲਬਾਤ ਕਰ ਰਹੇਗਾ, ਤਾਂ ਉਹਨਾਂ ਨੇ ਇਹੀ ਕਹਿਣਾ ਵਾ ਵੀ ਅਸੀਂ ਕਿਹੜਾ ਕਿਸੇ ਨੂੰ ਕਿਹਾ ਵਾ।
ਵੀ ਤੁਸੀਂ ਏਦਾਂ ਕਰੋ ਏਦਾਂ ਪੈਸੇ ਲਾਓ। ਬਾਤ ਕਹਿਣਾ ਚਾਹਤਾ ਹੂੰ, ਪਹਿਲੇ ਤੂੰ ਯਹਾਂ ਲੱਗ ਮੇਰੇ, ਯਹਾਂ ਲੱਗ ਪਹਿਲੇ। ਦੋਸਤੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਵੀ ਤੁਹਾਡੇ ਫੋਨ 'ਚ ਜੇ ਕੋਈ ਇਹੋ ਜਿਹੀ ਕੋਈ ਐਪਲੀਕੇਸ਼ਨ ਹੈਗੀ ਆ ਵੀ ਜਿਹਦੇ ਵਿੱਚ ਤੁਸੀਂ ਪੈਸੇ ਇਨਵੈਸਟ ਕਰ ਸਕਦੇ ਹੋ, ਜਿਵੇਂ ਕਿ ਆਹ ਡਰੀਮ ਇਲੈਵਨ ਆ, ਮਾਈ ਇਲੈਵਨ ਸਰਕਲ ਆ, ਐਵੀਏਟਰ ਆ, ਇਹੋ ਜਿਹੀਆਂ ਚੀਜ਼ਾਂ ਤੁਸੀਂ ਦੋਸਤੋ ਆਪਣੇ ਫੋਨ 'ਚੋਂ ਹੁਣੇ ਡਿਲੀਟ ਕਰੋ। ਤੁਸੀਂ ਨਹੀਂ ਜਾਣਦੇ ਤੁਸੀਂ ਕਿੱਦਾਂ ਦੇ ਚੱਕਰਾਂ 'ਚ ਫਸ ਸਕਦੇ ਆ, ਤੁਹਾਡਾ ਪੈਸਾ ਲੋਸ ਹੋ ਸਕਦਾ ਆ। ਅਤੇ ਇਹੀ ਕਹਿਣਾ ਚਾਹੂੰਗਾ ਮੈਂ ਤੁਹਾਨੂੰ ਦੋਸਤੋ, ਧੰਨਵਾਦ।